ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਨੂੰ ਆਪਸ ਵਿੱਚ ਜੋੜਨ ਲਈ ਇੱਕ ਮਹੱਤਵਪੂਰਨ ਕੜੀ ਹੈ। ਅੰਗਰੇਜ਼ਾਂ ਦੇ ਸਮੇਂ ਦੇ ਬਣੇ ਰਿਗੋ ਬ੍ਰਿਜ ਦੀ ਹਾਲਤ ਬਹੁਤ ਮਾੜੀ ਹੈ ਅਤੇ ਲੋਕ ਪਰੇਸ਼ਾਨ ਹਨ। ਲੋਕਾਂ ਦਾ ਆਖਣਾ ਹੈ ਕਿ ਰਿਗੋ ਬ੍ਰਿਜ ਦੀ ਸਥਿਤੀ ਠੀਕ ਨਹੀਂ ਹੈ, ਇੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ, ਇਸ ਲਈ ਇਸ ਪੁਲ ਦੀ ਛੇਤੀ ਤੋਂ ਛੇਤੀ ਮੁੜ ਉਸਾਰੀ ਕੀਤੀ ਜਾਏ। ਪੁਲ ਦੀ ਮਾੜੀ ਹਾਲਤ ਨੂੰ ਵੇਖਦੇ ਇਸ ਤੋਂ ਭਾਰੀ ਵਾਹਨ ਨਾ ਗੁਜ਼ਰਨ, ਇਸ ਲਈ ਪੁਲ 'ਤੇ ਵੱਡੇ ਪੱਥਰ ਲਗਾਏ ਗਏ ਸਨ, ਪਰ ਇਹ ਪੱਥਰ ਗਲਤ ਲੱਗੇ ਹੋਣ ਕਾਰਨ ਇੱਥੇ ਕਾਰਾਂ ਫਸ ਜਾਂਦੀਆਂ ਸਨ ਅਤੇ ਲੰਬਾ ਟ੍ਰੈਫਿਕ ਜਾਮ ਲੱਗਦਾ ਸੀ। ਫਾਸਟਫੇਡ ਦੀ ਨਿਊਜ਼ ਟੀਮ ਵੱਲੋਂ ਇਹ ਮੁਸ਼ਕਿਲ ਟ੍ਰੈਫਿਕ ਪੁਲਿਸ ਤੱਕ ਪਹੁੰਚਾਈ ਗਈ ਤਾਂ ਇਹਨਾਂ ਪੱਥਰਾਂ ਨੂੰ ਠੀਕ ਕਰਾਇਆ ਗਿਆ। ADCP ਜਸਵੰਤ ਕੌਰ ਨੇ ਆਖਿਆ ਕਿ ਰਿਗੋ ਬ੍ਰਿਜ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੈ ਅਤੇ ਲੋਕ ਵੀ ਪੁਲਿਸ ਨੂੰ ਸਹਿਯੋਗ ਦੇਣ। ਬਹੁਤ ਹੀ ਮਾੜਾ, ਇਹ ਪੱਥਰ ਰੱਖੇ ਉਹ ਵੀ ਲਾ ਦਿੰਦੇ ਨੇ, ਇਹ ਬੱਸਾਂ ਵਾਲੇ ਕਰਦੇ ਨੇ, ਪਰੇ ਉਹ ਛੋਟੀ ਕਨਵੈਂਸ ਵਾਲਾ ਤਾਂ ਕਰੇਗਾ ਹੀ ਨਹੀਂ ਕਿ ਵੀ ਦੁਬਾਰਾ ਬਣਾਇਆ ਜਾਵੇ ਪੁੱਲ। ਪਿੱਛੇ ਪਾਸ ਹੋਇਆ ਸੀ ਇਹਨਾਂ ਦਾ ਉੱਥੋਂ ਚੁੱਕਣ ਦਾ ਪੁੱਲ, ਕਿ ਜਿਹੜੀ ਹੈ ਸਰਕਟ ਸਰ ਸਦਰ ਥਾਣੇ ਦੇ ਨਾਲੋਂ ਸ਼ਹਿਰ ਇੱਥੇ ਬਹੁਤ ਜ਼ਰੂਰੀ ਹੈ। ਹੋਰ ਕਿ ਬਹੁਤ ਗਲਤ ਗੱਲ ਹੈ, ਲੋਕਾਂ ਨੂੰ ਸੋਚਣਾ ਚਾਹੀਦਾ ਕਿ ਅਗਰ ਉਹਨਾਂ ਨੇ ਪੱਥਰ ਲਗਾਇਆ ਤਾਂ ਇੱਧਰੋਂ ਨਹੀਂ ਨਿਕਲਣਾ ਚਾਹੀਦਾ, ਬੰਨਣਾ ਚਾਹੀਦਾ, ਬਿਲਕੁਲ ਬੰਨਣਾ ਚਾਹੀਦਾ। ਆ ਤਾਂ ਭਾਈ ਸਾਹਿਬ ਪੁਲਿਸ ਦਾ ਕਸੂਰ ਜਿੰਦਾ ਭੁਗਤਦੀ ਪਈ ਹੈ, ਪੁਲਿਸ ਇੱਥੇ ਬੰਦਾ ਖੜਾ ਕਰੇ ਆਪਣਾ ਨਹੀਂ ਜ਼ਿੰਮੇਵਾਰ ਹੈਗਾ, ਪਰ ਪ੍ਰਸ਼ਾਸਨ ਨੂੰ ਨਵੇਂ ਬੁਲਾਈ 100 ਸਾਲ ਹੋਏ ਹੈ। ਸਰ ਅਸੀਂ ਦੂਸਰੇ ਪਾਸੇ ਚੱਲ ਜਾਵਾਂਗੇ ਜਿੱਧਰੋਂ ਤੁਹਾਨੂੰ ਕਹੋਗੇ, ਨਹੀਂ ਉਹਨਾਂ ਨੇ ਲਿਖਿਆ ਵੱਡਾ ਵਾਹੀਕਲ ਨਾ ਜਾਏ, ਵੱਡੀਆਂ ਬੱਸਾਂ ਨਾ ਜਾਏ, ਵੈਸੇ ਤਾਂ ਜਾਣਾ ਬੰਦ ਹੀ ਹੋਣਾ ਰਹਿਣਾ ਚਾਹੀਦਾ ਇੱਥੋਂ, ਸਾਰਾ ਜਾਮ ਵੱਡੇ ਪੁੱਲ 'ਤੇ ਹੋ, ਭੰਡਾਰੀ ਪੁੱਲ 'ਤੇ ਲੱਗ ਜਾਣਾ, ਉਹ ਤਾਂ ਹੈ ਹੀ ਹੈ। ਫਿਰ ਸਰ ਬੰਦ ਕਰ ਦੇਣਾ ਬਿਲਕੁਲ ਜਿੱਦਾਂ ਰੱਖੇ ਆ, ਬਿਲਕੁਲ ਬੰਨਣਾ ਚਾਹੀਦਾ, ਬਹੁਤ ਪਰੇਸ਼ਾਨੀ ਹੈ ਸ਼ਹਿਰ ਵਾਸਤੇ, ਮੇਨ ਮੇਨ ਜੋ ਜ਼ਰੂਰੀ ਹੈ ਵੱਡਾ, ਮਤਲਬ ਬੰਨੇ ਵੱਡੀਆਂ ਗੱਡੀਆਂ ਨਹੀਂ ਆਉਣੀਆਂ ਚਾਹੀਦੀਆਂ ਜੀ, ਛੋਟੀਆਂ ਗੱਡੀਆਂ ਟੂ ਵੀਲਰ ਨਿਕਲਣ ਦਿਓ, ਵੱਡੀਆਂ ਗੱਡੀਆਂ ਹਾਂ ਬੰਦ ਵਧੀਆ ਕੀਤਾ, ਬਹੁਤ ਵਧੀਆ ਬੰਦ ਕਰਨ ਨੂੰ ਰੱਖਿਆ ਸੀ, ਪਰ ਗਲਤ ਗੱਲ ਇਹਨੇ ਗੱਡੀਆਂ ਲਗਾਉਣ ਵਾਸਤੇ ਬਹੁਤ ਗਲਤ ਗੱਲ ਹੈ, ਚਾਹੀਦਾ ਨਹੀਂ ਗੱਡੀਆਂ ਲਗਾਉਣੀ, ਜਦੋਂ ਬੰਦ ਕੀਤਾ ਪਤਾ ਤੁਹਾਨੂੰ ਬ੍ਰਿਜ ਮਾੜਾ ਵਾ ਅਤੇ ਕਿਉਂ ਆਪਣੀ ਜਾਨ ਦਾ ਰਿਸਕ ਲੈਂਦੇ ਜੀ, ਬਿਲਕੁਲ ਠੀਕ ਹੋਣਾ ਚਾਹੀਦਾ ਬਸ, ਨਹੀਂ ਸਰਕਾਰਾਂ ਵੇਹਣੀਆਂ ਕੀ ਕੀਤਾ ਜਾਵੇ, ਸਰਕਾਰਾਂ ਦਾ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਇਹਨਾਂ ਕੰਮਾਂ ਵਾਲਾ। ਦੇਖੋ ਇਹ ਜਿਹੜਾ ਰਿਗੋ ਬ੍ਰਿਜ ਹੈ ਇਹਦੀ ਹਾਲਤ ਜਿਹੜੀ ਖਸਤਾ ਵਾ, ਉਹਦੇ ਕਰਕੇ ਜਿਹੜੀ ਹੈਵੀ ਟ੍ਰੈਫਿਕ ਆ ਨਾ, ਉਹਨਾਂ ਅਸੀਂ ਸਾਰੇ ਪਬਲਿਕ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜੀ ਹੈਵੀ ਟਰੱਕ ਆ ਜਿਵੇਂ ਟਰਾਲੀਆਂ ਵਾ ਉਹ 22 ਨੰਬਰ ਫੜ ਖਤਾਣੀ, ਅਤੇ ਜਿਹੜੇ ਇੱਧਰੋਂ ਦੀ ਜਾਂਦੀਆਂ ਉਹ ਵੀ ਇੱਧਰੋਂ ਦੀ ਡਬਲਸ ਹੋਣ। ਲੋਕਾਂ ਨੂੰ ਮੈਂ ਇਹੀ ਮੈਸੇਜ ਕਹਾਂਗੀ ਕਿ ਸਾਡੇ ਨਾਲ ਸਹਿਯੋਗ ਦਿਓ ਤਾਂ ਜੋ ਕਿ ਜਿਹੜਾ ਜਾਮ ਲੱਗਦਾ ਇਹ ਜਾਮ ਲੱਗਣ ਤੋਂ ਬਚਿਆ ਜਾ ਸਕਦਾ। ਸਰ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਸਰ, ਹੁਣ ਮੈਨੂੰ ਬੈਕ ਕਰਕੇ 3 ਵਾਰਾ ਬੈਕ ਕਰਕੇ ਫਿਰ ਮੈਂ ਸਿੱਧਾ ਟਰਨ ਕਰਾਂਗਾ ਸਰ, ਥੋੜ੍ਹਾ ਖੁੱਲ੍ਹਾ ਕਰਕੇ ਕਰਨਾ ਚਾਹੀਦਾ ਸੀ, ਬਹੁਤ ਤਕੜੀ ਪਰੇਸ਼ਾਨੀ ਹੋ ਰਹੀ ਹੈ। ਦੇਖੋ ਮੈਨੂੰ 3 ਵਾਰਾ ਗੱਡੀ ਟਰਨ ਕਰਕੇ ਫਿਰ ਮੇਰੀ ਕਾਰ ਨਿਕਲਣੀ ਹੈ। ਅੰਮ੍ਰਿਤਸਰ ਅਤੇ ਰਿਗੋ ਬ੍ਰਿਜ ਦੀ ਟ੍ਰੈਫਿਕ ਦਾ ਬੁਰਾ ਹਾਲ ਹੈ, ਰਿਗੋ ਬ੍ਰਿਜ ਪੂਰੀ ਤਰ੍ਹਾਂ ਖਰਾਬ ਪਿਆ ਹੈ, ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਔਰ ਪੁਲਿਸ ਵੱਲੋਂ ਇੱਥੇ ਵੱਡੇ ਪੱਥਰ ਲਗਾਏ ਗਏ ਨੇ ਤਾਂ ਕਿ ਕੋਈ ਵੱਡੀ ਕਾਰ ਜਾਂ ਵੱਡੀ ਟ੍ਰੈਫਿਕ ਨਾ ਕੁਝ, ਪਰ ਲੋਕ ਇੰਨੇ ਕੁ ਬੇਸ਼ਰਮ ਨੇ ਕਿ ਫਿਰ ਵੀ ਆਪਣੀ ਕਾਰ ਇੱਥੋਂ ਲੰਘਾਉਂਦੇ ਨੇ, ਚਾਹੇ ਕੋਈ ਨੁਕਸਾਨ ਹੋ ਜਾਏ ਚਾਹੇ ਕੁਝ ਵੀ ਹੋ ਜਾਏ। ਜੇਕਰ ਵੱਡੀਆਂ ਗੱਡੀਆਂ ਜਾਣ ਇੱਥੇ ਕੋਈ ਨੁਕਸਾਨ ਹੋਇਆ ਪੁੱਲ ਦਾ, ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਲੋਕਾਂ ਨੂੰ ਸਮਝਣਾ ਚਾਹੀਦਾ, ਜੇਕਰ ਪੁਲਿਸ ਨੇ ਇਹ ਪੱਥਰ ਲੋਕਾਂ ਦੀ ਸਹੂਲਤ ਲਈ ਗੱਡੀਆਂ ਟ੍ਰੈਫਿਕ ਰੋਕਣ ਲਗਾਏ ਗਏ, ਤਾਂ ਇੱਥੋਂ ਵੱਡੀ ਗੱਡੀ ਟ੍ਰੈਫਿਕ ਨਾ ਲਗਾਈ ਜਾਵੇ। ਕੈਮਰਾਮੈਨ ਰਮਨ ਕੁਮਾਰ ਨੇ ਸੰਦੀਪ ਚਾਲ, ਫਾਸਟ ਨਿਊਜ਼ ਅੰਮ੍ਰਿਤਸਰ।